ਡਾਕਟਰ ਨਰਿੰਦਰ ਸਿੰਘ ਕਪੂਰ ਦੀਆਂ ਕਹਾਣੀਆਂ ਕਟਨਾਵਾ ਤੇ ਵੀਰਵੀ ਪਹਿਲੀ ਕਹਾਣੀ ਮਰ ਰਹੇ ਬੰਦੇ ਨਾਲ ਇਕਰਾਰ ਤੋੜਨ ਨਾਲ ਸਾਡੇ ਸੁਪਨੇ ਜ਼ਖਮੀ ਹੋ ਜਾਂਦੇ ਹਨ ਇੱਕ ਵਿਅਕਤੀ ਨੇ ਆਪਣੀ ਬਿਮਾਰੀ ਦੀ ਗੰਭੀਰ ਹਾਲਤ ਵਿੱਚ ਆਪਣੇ ਪੁੱਤਰ ਨੂੰ ਮੋਟੀ ਰਕਮ ਦਿੰਦਿਆਂ ਕਿਹਾ ਇਹਨਾਂ ਪੈਸਿਆਂ ਨਾਲ ਮੇਰਾ ਭੋਗ ਪਾਈ ਤੇ ਸਾਰੀ ਬਰਾਦਰੀ ਨੂੰ ਚੰਗਾ ਤੇ ਖੁੱਲਾ ਭੋਜਨ ਖਵਾਈ ਪਿਤਾ ਉਸੇ ਰਾਤ ਮਰ ਗਿਆ ਪੁੱਤਰ ਨੇ ਪੈਸੇ ਆਪਣੇ ਕੋਲ ਰੱਖ ਲੈ ਤੇ ਭੋਗ ਦੀ ਸਾਦੀ ਦੀ ਰਸਮ ਨਿਭਾ ਦਿੱਤੀ। ਪਿਤਾ ਦਾ ਆਖਿਆ ਨਾ ਮੰਨਣ ਕਰਕੇ ਪੁੱਤਰ ਦਾ ਮਨ ਉਸ ਨੂੰ ਨਿਰੰਤਰ ਸ਼ਰਮਸਾਰ ਕਰਦਾ ਰਹਿੰਦਾ ਸੀ। ਉਸ ਨੂੰ ਡਰਾਉਣੇ ਸੁਪਨੇ ਆਉਂਦੇ ਸਨ। ਕਈ ਵਾਰ ਪਿਤਾ ਦਾ ਸੁਪਨਾ ਆਇਆ ਜਿਸ 'ਚ ਪਿਤਾ ਕਹਿੰਦਾ ਕੁਝ ਨਹੀਂ ਸੀ ਪਰ ਉਸ ਵੱਲ ਵੇਖਦਾ ਰਹਿੰਦਾ ਸੀ। ਪਿਤਾ ਦੀਆਂ ਅੱਖਾਂ ਕੁਝ ਪੁੱਛਦੀਆਂ ਰਹਿੰਦੀਆਂ ਸਨ। ਇਸ ਪਰੇਸ਼ਾਨੀ ਦੇ 10 ਸਾਲ ਲੰਘ ਚੁੱਕੇ ਸਨ। ਪੁੱਤਰ ਨੂੰ ਪਛਤਾਵੇ ਦਾ ਸੰਤਾਪ ਸੀ। ਪਿਤਾ ਵੱਲੋਂ ਦਿੱਤਾ ਕਰਤਵ ਪਾਲਣ ਦਾ ਬਹਾਨਾ ਨਹੀਂ ਸੀ ਸੁਝ ਰਿਹਾ। ਇੰਨੇ ਨੂੰ ਇੱਕ ਦਿਨ ਉਹਨੇ ਅਖਬਾਰ 'ਚ ਕਿਸੇ ਦੀ 10ਵੀਂ ਵਰਸੀ ਬਾਰੇ ਪੜਿਆ। ਉਹਨੇ ਵੀ 10ਵੀਂ ਵਰਸੀ ਨੂੰ ਬਹਾਨਾ ਬਣਾ ਕੇ ਭੋਗ ਪਾਇਆ। ਜਿਵੇਂ ਪਿਤਾ ਨੇ ਕਿਹਾ ਸੀ ਓਵੇਂ ਕੀਤਾ। ਮਨ ਤੋਂ ਬੋਝ ਉਤਰਿਆ, ਸ਼ਾਂਤ ਹੋ ਗਿਆ। ਬੋਝ ਪਿਤਾ ਨੇ ਨਹੀਂ ਸੀ ਪਾਇਆ। ਬੋਝ ਤਾਂ ਉਹਨੇ ਆਪ ਚੁੱਕਿਆ ਹੋਇਆ ਸੀ। ਅਗਲੀ ਕਹਾਣੀ। ਇੱਕ ਲੜਕੀ ਖੰਦੇ ਬਹੁਤ ਸੀ ਕਿਉਂਕਿ ਜੀਵਨ ਉਦੇਸ਼ ਕੋਈ ਨਹੀਂ ਸੀ। ਸੋ ਕਰਦੀ ਵੀ ਕੁਝ ਨਹੀਂ ਸੀ ਮੋਟੀ ਹੋ ਗਈ ਸੀ ਮੋਟਾਪੇ ਕਾਰਨ ਕੋਝੀ ਲੱਗਦੀ ਸੀ ਇੱਕ ਵਾਰੀ ਉਹਨੂੰ ਸੋਕੇ ਦੇ ਸ਼ਿਕਾਰ ਭੋਜਨ ਦੇ ਥੜ ਵਾਲੇ ਇਲਾਕੇ ਚ ਵਿਚਰਨਾ ਪਿਆ ਜਿੱਥੇ ਉਹਨੇ ਹੋਰਾਂ ਨਾਲ ਰਲ ਕੇ ਕਈ ਸਾਧਨਾ ਤੇ ਸਰੋਤਾਂ ਤੋਂ ਭੋਜਨ ਇਕੱਤਰ ਕਰਨਾ ਹੁੰਦਾ ਸੀ ਪਹਿਲਾਂ ਉਹ ਸਵਾਰਥੀ ਸੀ ਹੁਣ ਉਹ ਕਲਿਆਨਕਾਰੀ ਸੀ ਪਹਿਲਾਂ ਉਹ ਜਾਂ ਖਾਂਦੀ ਸੀ ਜਾਂ ਸੌਂਦੀ ਸੀ ਹੁਣ ਉਹਨੂੰ ਹੋਰਾਂ ਦੀ ਭੁੱਖ ਵੇਖ ਕੇ ਆਪ ਭੁੱਖ ਲੱਗਦੀ ਨਹੀਂ ਸੀ ਸਵੇਰੇ ਦੁਪਹਿਰ ਲਈ ਦਪਹਿਰ ਸ਼ਾਮ ਲਈ ਭੋਜਨ ਇਕੱਤਰ ਕਰਨ ਦੀ ਚੁਣੌਤੀ ਕਾਰਨ ਹੁਣ ਉਸ ਕੋਲ ਸੌਣ ਦੀ वेळ ਹੀ ਨਹੀਂ ਸੀ ਪਹਿਲਾਂ ਉਹ ਭੁੱਖਿਆਂ ਵਾਂਗ ਖਾਂਦੀ ਸੀ ਹੁਣ ਉਹ ਭੁੱਖਿਆਂ ਨੂੰ ਖਵਾਉਂਦੀ ਸੀ ਹੁਣ ਉਹ ਆਪ ਖਾਣ ਚ ਨਹੀਂ ਹੋਰਾਂ ਨੂੰ ਖਾਣ ਚ ਰੁੱਝੀ ਰਹਿੰਦੀ ਸੀ ਇਹਨਾਂ ਰੁੱਝੇਵੀਆਂ ਕੰਮਾਂ ਤੇ ਯਤਨਾਂ ਦੇ ਨਤੀਜੇ ਵਜੋਂ ਉਹ ਪਤਲੀ ਹੋ ਗਈ ਤੇ ਪਤਲੀ ਹੋਣ ਕਰਕੇ ਸੋਹਣੀ ਹੋ ਗਈ ਪਤਲੀ ਉਹ ਆਪ ਘੱਟ ਖਾਣ ਕਾਰਨ ਹੋਈ ਸੋਹਣੀ ਉਹ ਭੁੱਖਿਆਂ ਨੂੰ ਰਜਾਉਣ ਕਾਰਨ ਹੋਈ ਅਗਲੀ ਅਗਲਾ ਵੇਰਵਾ ਯੂਨੀਵਰਸਟੀਆਂ ਦੇ ਨਿਰਮਾਣ ਦਾ ਪੜਾ ਲੰਮਾ ਇਤਿਹਾਸ ਹੈ ਮੁੱਢਲੀਆਂ ਯੂਨੀਵਰਸਟੀਆਂ ਮੱਠਾਂ ਵਰਗੀਆਂ ਸਨ ਆਧੁਨਿਕ ਯੂਨੀਵਰਸਟੀਆਂ ਦੀ ਪਰੰਪਰਾ ਫਰਾਂਸ ਤੋਂ ਚੱਲੀ ਇੰਗਲੈਂਡ ਦੀ ਆਕਸਫੋਰਡ ਤੇ ਕੈਂਬਰਿਜ ਯੂਨੀਵਰਸਟੀਆਂ ਦਾ ਉਦੇਸ਼ ਪਾਦਰੀ ਤਿਆਰ ਕਰਨਾ ਸੀ ਭਾਰਤ ਵਿੱਚ ਨਲੰਦਾ ਤੇ ਟੈਕਸਲਾ ਵਿੱਚ ਉੱਪਰਲੀਆਂ ਜਾਤਾਂ ਦੇ ਵਿਦਿਆਰਥੀ ਪੜ੍ਹਦੇ ਸਨ ਇਹਨਾਂ ਯੂਨੀਵਰਸਟੀਆਂ 'ਚ ਇੱਕ ਦੁਆਰਪਾਲ ਹੁੰਦਾ ਸੀ ਅੰਦਰ ਜਾਣ ਦੀ ਆਗਿਆ ਤਾਂ ਹੀ ਮਿਲਦੀ ਸੀ ਜੇ ਵਿਦਿਆਰਥੀ ਪਹਿਲਾਂ ਦੁਆਰਪਾਲ ਦੇ ਪ੍ਰਸ਼ਨਾਂ ਦਾ ਸੰਤੋਖਜਨਕ ਉੱਤਰ ਦਿੰਦਾ ਸੀ ਯੂਰਪ ਦੀਆਂ ਮੁੱਢਲੀਆਂ ਯੂਨੀਵਰਸਿਟੀਆਂ 'ਚ ਖਰਚੇ ਬਚਾਉਣ ਲਈ ਵਿਦਿਆਰਥੀ ਟੋਲੀਆਂ ਬਣਾ ਲੈਂਦੇ ਸਨ ਇਹ ਟੋਲੀਆਂ ਮਗਰੋਂ ਜਮਾਤਾਂ ਖਵਾਈਆਂ ਇਹ ਟੋਲੇ ਰਲ ਕੇ ਅਧਿਆਪਕਾਂ ਦੀ ਪਰਖ ਉਪਰੰਤ ਉਹਨਾਂ ਨੂੰ ਚੁਣਦੇ ਸਨ ਤੇ ਵਿਦਿਆਰਥੀਆਂ ਦੀਆਂ ਆਸਾਂ ਤੇ ਪੂਰੇ ਨਾ ਉਤਰਨ ਤੇ ਅਧਿਆਪਕਾਂ ਤੇ ਜੁਰਮਾਨਾ ਲੱਗਦਾ ਸੀ ਪੜਾਈ ਨੂੰ ਨਿਯਮਬੱਧ ਕਰਨ ਲਈ ਸਿਲੇਬਸ ਤੇ ਟਾਈਮ ਟੇਬਲ ਦਾ ਨਿਰਮਾਣ ਹੋਇਆ ਅਧਿਆਪਕ ਨੂੰ ਸਭ ਕੁਝ ਜ਼ਬਾਨੀ ਪੜਾਉਣਾ ਪੈਂਦਾ ਸੀ ਕੁਝ ਯੂਨੀਵਰਸਿਟੀਆਂ ਇੰਨੀ ਮਸ਼ਹੂਰ ਸਨ ਕਿ ਉਹਨਾਂ ਬਾਰੇ ਪ੍ਰਸਿੱਧ ਸੀ ਕਿ ਉੱਥੋਂ ਦੇ ਪੜ੍ਹੇ ਵਿਦਿਆਰਥੀ ਸੰਸਾਰ ਦਾ ਹਰ ਕੰਮ ਕਰ ਸਕਦੇ ਅਗਲੀ ਕਟਨਾ ਆਪਣੇ ਆਪ ਨੂੰ ਮਹੱਤਵਪੂਰਨ ਸਮਝਣ ਵਾਲਾ ਇੱਕ ਵਿਅਕਤੀ ਲਤਾ ਮੰਗੇਸ਼ਕਰ ਨੂੰ ਮਿਲਿਆ ਤੇ ਪੁੱਛਿਆ ਕਿ ਤੁਸੀਂ ਮੈਨੂੰ ਪਛਾਣਦੇ ਹੋ ਲਤਾ ਮੰਗੇਸ਼ਕਰ ਨੂੰ ਰੋਜ਼ ਸੈਂਕੜੇ ਵਿਅਕਤੀ ਮਿਲਦੇ ਹਨ ਉਨੇ ਹਲੀਮੀ ਤੇ ਸਲੀਕੇ ਨਾਲ ਕਿਹਾ ਤੁਸੀਂ ਜਾਣੇ ਪਛਾਣੇ ਲੱਗਦੇ ਹੋ ਪਰ ਯਾਦ ਨਹੀਂ ਆ ਰਿਹਾ ਕਿੱਥੇ ਜਾਣ ਪਛਾਣ ਹੋਈ ਸੀ ਉਸ ਵਿਅਕਤੀ ਨੇ ਕਿਹਾ ਪਛਾਨਣ ਦਾ ਯਤਨ ਕਰੋ ਯਾਦ ਆ ਜਾਏਗਾ ਲਤਾ ਨੇ ਨਿਮਰਤਾ ਨਾਲ ਕਿਹਾ ਯਾਦ ਨਹੀਂ ਆ ਰਿਹਾ ਅਸੀਂ ਕਿੱਥੇ ਕਦੋਂ ਮਿਲੇ ਸੀ ਸ਼ਾਇਦ ਮੇਰੀ ਯਾਦਸ਼ਕਤੀ ਕਮਜ਼ੋਰ ਹੋ ਗਈ ਹੈ ਉਸ ਵਿਅਕਤੀ ਨੇ ਕਿਹਾ ਮੈਨੂੰ ਤਾਂ ਪੂਰੀ ਤਰ੍ਹਾਂ ਯਾਦ ਹੈ ਅਸੀਂ ਕਿੱਥੇ ਮਿਲੇ ਸੀ ਤੁਸੀਂ ਭੁੱਲ ਗਏ ਲਤਾ ਨੇ ਪਰੇਸ਼ਾਨ ਹੋ ਕੇ ਕਿਹਾ ਯਾਦ ਨਹੀਂ ਆ ਰਿਹਾ ਤੁਸੀਂ ਆਪ ਹੀ ਦੱਸ ਦਿਓ ਕਿੱਥੇ ਮਿਲੇ ਸੀ ਉਸ ਵਿਅਕਤੀ ਨੇ ਕਿਹਾ ਅੱਜ ਤੋਂ 24 ਸਾਲ ਪਹਿਲਾਂ ਜਦੋਂ ਤੁਸੀਂ ਦਿੱਲੀ ਦੇ ਕਾਮਨੀ ਹਾਲ ਵਿੱਚ ਪ੍ਰੋਗਰਾਮ ਪੇਸ਼ ਕੀਤਾ ਸੀ ਮੈਂ 7ਵੀਂ ਲਾਈਨ ਦੀ 23ਵੀਂ ਸੀਟ ਤੇ ਬੈਠਾ ਸੀ ਹੁਣ ਤਾਂ ਪਛਾਣ ਲਿਆ ਹੋਵੇਗਾ ਅਗਲੀ ਘਟਨਾ ਇੱਕ ਰੋਮਨ ਬਾਦਸ਼ਾਹ ਸੈਨੇਟ ਤੋਂ ਆਪਣੇ ਦੇਸ਼ ਦੇ ਲੋਕਾਂ ਵਿਰੋਧ ਇੱਕ ਕਾਨੂੰਨ ਪਾਸ ਕਰਵਾਉਣਾ ਚਾਹੁੰਦਾ ਸੀ ਇਸ ਕਾਨੂੰਨ ਨੂੰ ਸੈਨੇਟ ਵਿੱਚ ਪਾਸ ਕਰਵਾਉਣ ਲਈ ਉਹਨੂੰ ਕੇਵਲ ਇੱਕ ਹੋਰ ਵੋਟ ਦੀ ਲੋੜ ਸੀ ਉਨੇ ਇੱਕ ਕਮਜ਼ੋਰ ਸਮਝੇ ਜਾਂਦੇ ਸੈਨੇਟਰ ਨੂੰ ਡਰ ਡਰਾਇਆ ਧਮਕਾਇਆ ਕਿ ਜੇ ਉਹਨੇ ਕਾਨੂੰਨ ਪਾਸ ਕਰਵਾਉਣ ਲਈ ਵੋਟ ਨਾ ਪਾਈ ਤਾਂ ਉਹਨੂੰ ਕਿਵੇਂ ਨਾ ਕਿਵੇਂ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ ਪਰ ਉਹ ਸੈਨੇਟਰ ਨੇ ਦੇਸ਼ ਦੇ ਹਿੱਤ ਨੂੰ ਸਾਹਮਣੇ ਰੱਖਦਿਆਂ ਬਾਦਸ਼ਾਹ ਨੂੰ ਕਿਹਾ ਤੁਸੀਂ ਮੈਨੂੰ ਮੌਤ ਦੇ ਘਾਟ ਉਤਾਰਨ ਦਾ ਡਰਾਵਾ ਦਿੱਤਾ ਹੈ ਮੈਂ ਤਾਂ ਉਂਝ ਵੀ ਕੁਝ ਸਾਲਾਂ 'ਚ ਮਰ ਜਾਣਾ ਮੈਂ ਤਾਂ ਕਦੀ ਕਿਹਾ ਨਹੀਂ ਕਿ ਮੈਂ ਅਮਰ ਹ ਜੋ ਮੈਨੂੰ ਠੀਕ ਲੱਗੇਗਾ ਮੈਂ ਉਹ ਕਰਾਂਗਾ ਜੋ ਤੁਹਾਨੂੰ ਠੀਕ ਲੱਗੇ ਤੁਸੀਂ ਉਹ ਕਰਨਾ ਤੁਹਾਡੀ ਤਲਵਾਰ ਮੇਰੇ ਸਰੀਰ ਤੇ ਹੀ ਚੱਲ ਸਕਦੀ ਹੈ ਮੇਰੀ ਬੁੱਧੀ ਤੇ ਮੇਰੀ ਆਤਮਾ ਤੁਹਾਡੀ ਤਲਵਾਰ ਤੋਂ ਮੁਕਤ ਹਨ ਮੈਂ ਤੁਹਾਡੇ ਹੱਥੋਂ ਮੌਤ ਕਾਰਨ ਪ੍ਰਸਿੱਧ ਹੋ ਜਾਵਾਂਗਾ ਤੇ ਤੁਸੀਂ ਭੜੇ ਕਾਨੂੰਨ ਨੂੰ ਲਾਗੂ ਕਰਨ ਕਾਰਨ ਜਿਉਂਦੇ ਜੀ ਬਦਨਾਮ ਹੋ ਅਗਲੀ ਘਟਨਾ ਸ਼ਹਿਰ ਵਿੱਚ ਬਿਮਾਰੀ ਫੈਲੀ ਹੋਈ ਸੀ ਜਿਸ ਕਾਰਨ ਸੀ ਕੁਝ ਅਧਿਆਪਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਲੈ ਕੇ ਸ਼ਹਿਰ ਦੀ ਇੱਕ ਗੰਦੀ ਬਸਤੀ ਚੋਂ ਦੇ ਲੋਕਾਂ ਨੂੰ ਸਫਾਈ ਰੱਖਣ ਤੇ ਸਾਫ਼ ਰਹਿਣ ਬਾਰੇ ਦੱਸਣ ਲਈ ਗਏ। ਉੱਥੇ ਅਸੀਂ ਉਹਨਾਂ ਦੀਆਂ ਨਾਲੀਆਂ ਸਾਫ਼ ਕੀਤੀਆਂ, ਗਲੀਆਂ 'ਚ ਝਾੜੂ ਮਾਰਿਆ, ਗੰਦ ਦੇ ਢੇਰ ਨੂੰ ਹਟਾਇਆ, ਪਾਣੀ ਵਾਲੀਆਂ ਥਾਵਾਂ ਤੇ ਮਿੱਟੀ ਪਾ ਕੇ ਉਹਨਾਂ ਨੂੰ ਪਧਰਾ ਕੀਤਾ। ਅਜੇ ਹੋਰ ਕਾਰਜ ਕੀਤੇ। ਲੜਕੀਆਂ ਨੇ ਔਰਤਾਂ ਨੂੰ ਨਿੱਜੀ ਸਫਾਈ ਰੱਖਣ ਬਾਰੇ ਦੱਸਿਆ। ਬੱਚਿਆਂ ਦੇ ਵਾਲ ਵਾਏ ਤੇ ਉਹਨਾਂ ਨੂੰ ਸਕੂਲ ਭੇਜਣ ਵਾਸਤੇ ਕਿਹਾ। ਅਸੀਂ ਸਾਰਾ ਦਿਨ ਉੱਥੇ ਗੁਜ਼ਾਰਿਆ। ਚਾਰ ਅਧਿਆਪਕਾਂ ਨਾਲ ਲਗਭਗ 40 ਵਿਦਿਆਰਥੀਆਂ ਨੇ ਸਾਰਾ ਦਿਨ ਲਾ ਕੇ ਉਸ ਬਸਤੀ ਦੀ ਨੁਹਾਰ ਬਦਲ ਦਿੱਤੀ। ਹੁਣ ਜੇ ਇਸ ਬਸਤੀ 'ਚ ਰਹਿਣ ਵਾਲੇ ਲੋਕ ਸ਼ਹਿਰ 'ਚ ਸਫਾਈ ਦਾ ਕੰਮ ਕਰਦੇ ਸਨ ਪਰ ਉਹਨਾਂ ਨੇ ਆਪਣੀ ਬਸਤੀ 'ਚ ਸਫਾਈ ਦਾ ਕੋਈ ਖਿਆਲ ਨਹੀਂ ਸੀ ਰੱਖਿਆ। ਅਸੀਂ ਹੈਰਾਨ ਸਾਂ ਕਿ ਉਹ ਸਾਨੂੰ ਸਫਾਈ ਕਰਦੇ ਆਂ ਵੇਖਦੇ ਰਹੇ ਪਰ ਸਫਾਈ ਕਰਨ 'ਚ ਉਹ ਸ਼ਾਮਲ ਨਾ ਹੋਏ। ਕਿਉਂਕਿ ਵਿਦਿਆਰਥੀ ਅਧਿਆਪਕਾਂ ਨੂੰ ਪ੍ਰੋਫੈਸਰ ਕਹਿ ਕੇ ਸੰਬੋਧਨ ਕਰਦੇ ਸਨ। ਸੋ ਕੁਝ ਲੋਕਾਂ ਨੇ ਪ੍ਰੋਫੈਸਰ ਉਚਾਰਨਾ ਸਿੱਖ ਲਿਆ ਸੀ। ਅਸੀਂ ਇਸ ਤਸੱਲੀ ਨਾਲ ਵਾਪਸ ਮੁੜੇ ਕਿ ਅਸੀਂ ਬਸਤੀ ਵਿੱਚ ਸਫਾਈ ਰੱਖਣ ਤੇ ਸਾਫ਼ ਰਹਿਣ ਦਾ ਸੁਨੇਹਾ ਦੇਣ ਚ ਸਫਲ ਹੋਏ ਸਾਂ ਕੋਈ ਦਿਨ ਅਗਰੋਂ ਉੱਥੋਂ ਦੇ ਉਸ ਦਿਨ ਹਾਜ਼ਰ ਪੁਰਸ਼ਾਂ ਵਿੱਚੋਂ ਇੱਕ ਨੇ ਮੈਨੂੰ ਪਛਾਣ ਕੇ ਕਿਹਾ ਪ੍ਰੋਫੈਸਰ ਸਾਹਿਬ ਤੁਸੀਂ ਫੇਰ ਕਦੀ ਸਫਾਈ ਕਰਨ ਆਏ ਨਹੀਂ ਅਖਰੀ ਕਹਾਣੀ ਇੱਕ ਵਪਾਰੀ ਦਾ ਪੁੱਤਰ ਆਲਸੀ ਤੇ ਸੁਸਤ ਸੀ ਦੁਕਾਨ ਤੇ ਆਉਂਦਾ ਹੁੰਦਾ ਹੀ ਉਹ ਦੁਪਹਿਰ ਕਰ ਦਿੰਦਾ ਸੀ ਤੇ ਜਦੋਂ ਆਉਂਦਾ ਸੀ ਤਾਂ ਗੁਲਕ ਚੋਂ ਪੈਸੇ ਕੱਟ ਕੇ ਲੈ ਜਾਂਦਾ ਸੀ ਉਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਤੇ ਉਹ ਕੋਈ ਜ਼ਿੰਮੇਵਾਰੀ ਨਿਭਾਉਂਦਾ ਨਹੀਂ ਸੀ ਪਿਤਾ ਨੇ ਹੋਰ ਵਪਾਰੀਆਂ ਨਾਲ ਗੱਲ ਕੀਤੀ ਉਹਨਾਂ ਨੇ ਸਲਾਹ ਦਿੱਤੀ ਜਾਂ ਵੱਖਰਾ ਵਪਾਰ ਖੋਲ੍ਹ ਦਿਓ ਜਾਂ ਦੁਕਾਨ ਦੀ ਜ਼ਿੰਮੇਵਾਰੀ ਸੰਭਾਲ ਦਿਓ ਇੱਕ ਦਿਨ ਪਿਤਾ ਨੇ ਪੁੱਤਰ ਨੂੰ ਕਿਹਾ ਅੱਜ ਤੋਂ ਇਸ ਵਪਾਰ ਦੀ ਜ਼ਿੰਮੇਵਾਰੀ ਤੇਰੀ ਹੈ ਸਾਰੇ ਫੈਸਲੇ ਤੂੰ ਕਰਨੀ ਹੈ ਦੁਕਾਨ ਤੂੰ ਖੋਲ੍ਹਣੀ ਹੈ ਤੂੰ ਬੰਦ ਕਰਨੀ ਹੈ ਜਦੋਂ ਮਰਜ਼ੀ ਆ ਜਦੋਂ ਮਰਜ਼ੀ ਜਾ ਅੱਜ ਤੋਂ ਮੈਂ ਤੇਰਾ ਸਹਿਯੋਗੀ ਹੋਵਾਂਗਾ ਜਿਹੜਾ ਪੁੱਤਰ ਦੁਪਹਿਰ ਤੱਕ ਨਹੀਂ ਸੀ ਆਉਂਦਾ ਉਸ ਵੇਰੇ ਆ ਕੇ ਦੁਕਾਨ ਖੋਲਣ ਲੱਗ ਪਿਆ ਸਾਰਾ ਦਿਨੇ ਸੋਚ ਕੇ ਗੱਡੀ ਤੇ ਬੈਠਾ ਰਹਿੰਦਾ ਕਿ ਕਿਦੜੇ ਪਿਤਾ ਜੀ ਗੋਲਕ ਵਿੱਚ ਪੈਸੇ ਨਾ ਕੱਢ ਕੇ ਲੈ ਜਾਣ ਅਗਲੀ ਕਹਾਣੀ ਫਰਾਂਸ ਵਿੱਚ ਕਾਉਂਟ ਸੇਂਟ ਜਰਮੇਨ ਇੱਕ ਦਿਲਚਸਪ ਸਦੀਵੀ ਬੁਝਾਰਤ ਉਸ ਬਾਰੇ ਹੁਣ ਵੀ ਸਾਰਾ ਫਰਾਂਸ ਗੱਲਾਂ ਕਰਦਾ ਹੈ ਉਹ ਅਚਾਨਕ ਹੀ ਬਾਦਸ਼ਾਹ ਦੇ ਦਰਬਾਰ ਚ ਆ ਪਹੁੰਚਦਾ ਸੀ ਤੇ ਅਚਾਨਕ ਹੀ ਲੋਪ ਹੋ ਜਾਂਦਾ ਸੀ ਕੋਈ ਨਹੀਂ ਸੀ ਜਾਣਦਾ ਕਿੱਥੋਂ ਆਉਂਦਾ ਸੀ ਕਿੱਥੇ ਚਲਾ ਜਾਂਦਾ ਸੀ ਉਹ ਕਈ ਭਾਸ਼ਾਵਾਂ ਬੋਲਦਾ ਸੀ ਪਰ ਉਹਦੇ ਉਚਾਰਨ ਤੋਂ ਪਤਾ ਨਹੀਂ ਸੀ ਲੱਗਦਾ ਕਿ ਉਹ ਕਿਹੜੇ ਇਲਾਕੇ ਜਾਂ ਦੇਸ਼ ਦਾ ਸੀ ਕਿਸੇ ਨੂੰ ਉਹਦੀ ਉਮਰ ਦਾ ਪਤਾ ਨਹੀਂ ਸੀ ਨਾ ਉਹ ਬਜ਼ੁਰਗ ਲੱਗਦਾ ਸੀ ਨਾ ਜਵਾਨ ਪਰ ਉਹਦੇ ਚਿਹਰੇ ਤੇ ਬਜ਼ੁਰਗਾਂ ਵਾਲੀ ਸਿਆਣਪ ਤੇ ਜਵਾਨਾਂ ਵਾਲੀ ਚਲਕ ਹੁੰਦੀ ਸੀ ਉਹ ਰਾਤ ਨੂੰ ਬਾਹਰ ਨਿਕਲਦਾ ਸੀ ਪਰ ਕਦੋਂ ਤੇ ਕਿੱਥੇ ਜਾਂਦਾ ਸੀ ਕੋਈ ਨਹੀਂ ਸੀ ਜਾਣਦਾ ਉਹ ਹਮੇਸ਼ਾ ਕਾਲੇ ਕੱਪੜੇ ਪਹਿਨਦਾ ਸੀ ਹੀਰੇ ਸਜਾਉਂਦਾ ਸੀ ਉਹ ਤਾਂ ਦਾ ਮੀਰ ਲੱਗਦਾ ਸੀ ਪਰ ਕਿਸੇ ਨੂੰ ਉਹਦੀ ਆਮਦਨ ਦਾ ਸਾਧਨ ਨਹੀਂ ਸੀ ਪਤਾ ਲੋਕ ਕਹਿੰਦੇ ਸਨ ਉਸ ਕੋਲ 파ਰਸ ਸੀ ਪਰ ਉਹਨੇ ਕਦੇ ਵੀ ਕਿਸੇ ਨਾਲ ਵੀ ਪੈਸੇ ਦੀ ਗੱਲਬਾਤ ਨਹੀਂ ਸੀ ਕੀਤੀ ਗੱਲਬਾਤ ਕਰਦਿਆਂ ਉਹ ਨਾ ਹਾਂ ਕਹਿੰਦਾ ਸੀ ਨਾ ਨਾ ਉਹ ਹਰ ਗੱਲ ਦਾ ਜਵਾਬ ਸ਼ਾਇਦ ਕਹਿ ਕੇ ਦਿੰਦਾ ਸੀ ਉਹ ਖਾਣੇ ਲਈ ਹੋਰਾਂ ਨਾਲ ਬੈਠਦਾ ਜ਼ਰੂਰ ਸੀ ਪਰ ਖਾਂਦਾ ਕੁਝ ਨਹੀਂ ਸੀ ਉਹਨੇ ਮਹਾਰਾਣੀ ਨੂੰ ਇੱਕ ਸ਼ਿੰਗਾਰਦਾਨ ਦਿੱਤਾ ਸੀ ਜਿਹੜਾ ਫੜਨ ਦੇ ਢੰਗ ਨਾਲ ਰੰਗ ਬਦਲਦਾ ਸੀ ਉਹ ਹੀਰਿਆਂ ਦੀ ਚਿੱਤਰਕਾਰੀ ਕਰਦਾ ਸੀ। ਉਹਦੇ ਚਿੱਤਰ ਹੀਰੇ ਅਸਲੀ ਲੱਗਦੇ ਸਨ। ਉਹ ਨਾ ਕਿਸੇ ਦੇ ਨੇੜੇ ਜਾਂਦਾ ਸੀ, ਨਾ ਕਿਸੇ ਨੂੰ ਨੇੜੇ ਆਉਣ ਦਿੰਦਾ ਸੀ। ਉਹਨੂੰ ਵੇਖਣ ਤੇ ਮਿਲਣ ਵਾਲੇ ਹਰ ਕਿਸੇ ਕੋਲ ਉਸ ਬਾਰੇ ਵੱਖਰੀ ਵੀ ਆਖਿਆ ਸੀ। ਵੱਖਰੀ ਕਹਾਣੀ ਸੀ, ਵੱਖਰਾ ਪ੍ਰਭਾਵ ਸੀ, ਵੱਖਰਾ ਪ੍ਰਤੀਕਰਮ ਸੀ। ਜਦੋਂ ਮਰਿਆ, ਕਿਸੇ ਨੇ ਮੰਨਿਆ ਹੀ ਨਾ ਕਿਉਂਕਿ ਕੋਈ ਨਹੀਂ ਸੀ ਜਾਣਦਾ ਕਿ ਉਹ ਕਿੱਥੇ ਦਫਨਾਇਆ ਗਿਆ ਸੀ। ਸਦੀਆਂ ਬੀਤ ਗਈਆਂ ਹਨ। ਉਸ ਬਾਰੇ ਕਈ ਕਿਤਾਬਾਂ ਲਿਖੀਆਂ ਗਈਆਂ ਹਨ ਪਰ ਲੋਕ ਅਜੇ ਵੀ ਸਮਝਦੇ ਹਨ ਕਿ ਉਹ ਕਿਧਰੇ ਲੁਕਿਆ ਹੋਇਆ ਹੈ ਉਹ ਫਰਾਂਸ ਦੀ ਸਭ ਤੋਂ ਵੱਡੀ ਗੁਜਾਰਤ ਸੀ ਅਗਲੀ ਕਹਾਣੀ ਅਸਲੀ ਅਮੀਰ ਤਾਕਤਵਰ ਸੋਹਣੀਆਂ ਤੇ ਖੁਸ਼ਹਾਲ ਕੌਮਾਂ ਦੇ ਲੋਕ ਫੜਾ ਨਹੀਂ ਮਾਰਦੇ ਤਰੱਕੀ ਦਾ ਚੈਂਪੀਅਨ ਵੀ ਕਹੇਗਾ ਕਿ ਮੈਂ ਥੋੜੀ ਜਿਹੀ ਤਰੱਕੀ ਜਾਣਦਾ ਪ੍ਰਸਿੱਧ ਸੰਗੀਤਕਾਰ ਕਹੇਗਾ ਮੈਂ ਸੰਗੀਤ ਸਿੱਖ ਰਿਹਾ ਇੰਗਲੈਂਡ ਚ ਇੱਕ ਸਰਦਾਰ ਪ੍ਰੋਫੈਸਰ ਐਤਵਾਰ ਵਾਲੇ ਦਿਨ ਸਾਈਕਲ ਤੇ ਉੱਥੋਂ ਦੇ ਪਿੰਡਾਂ 'ਚ ਘੁੰਮਣ ਫਿਰਨ ਜਾਇਆ ਕਰਦਾ ਸੀ। ਇੱਕ ਦਿਨ ਆਪਣੇ ਘਰ ਦੇ ਬਾਹਰ ਧੁੱਪ 'ਚ ਬੈਠੀ ਇੱਕ ਅੰਗਰੇਜ਼ ਔਰਤ ਨੇ ਉਸ ਸਰਦਾਰ ਨੂੰ ਰੋਕ ਕੇ ਪੁੱਛਿਆ, "ਤੁਸੀਂ ਹਿੰਦੁਸਤਾਨ ਤੋਂ ਆਏ ਹੋ?" ਅਸੀਂ ਵੀ ਕੁਛੇ ਰੋਥੇ ਰਹੇ ਸਾਂ। ਮੇਰੇ ਪਤੀ ਉੱਥੇ ਕੰਮ ਕਰਦੇ ਸਨ। ਐਵੇਂ ਉਸ ਸਰਦਾਰ ਪ੍ਰੋਫੈਸਰ ਦੀ ਉਸ ਪਰਿਵਾਰ ਨਾਲ ਚੰਗੀ ਜਾਣ-ਪਛਾਣ ਹੋ ਗਈ ਸੀ। ਉਹ ਜਦੋਂ ਵੀ ਉਸ ਪਾਸੇ ਜਾਂਦਾ ਉਹਨਾਂ ਨੂੰ ਜ਼ਰੂਰ ਮਿਲਦਾ। ਉਹਨਾਂ ਤੋਂ ਹਿੰਦੁਸਤਾਨ ਬਾਰੇ ਗੱਲਾਂ ਸੁਣਦਾ ਹਰ ਫੇਰੀ ਤੇ ਸਰਦਾਰ ਉਸ स्त्री ਨੂੰ ਪੁੱਛਦਾ ਸੀ ਕਿ ਉਹਦਾ ਪਤੀ ਹਿੰਦੁਸਤਾਨ ਚ ਕੀ ਕੰਮ ਕਰਦਾ ਸੀ ਉਹ स्त्री ਦੱਸਣਾ ਟਾਲਦੀ ਰਹੀ ਤੇ ਜਦੋਂ ਉਸ ਸਰਦਾਰ ਪ੍ਰੋਫੈਸਰ ਨੇ ਦੱਸਿਆ ਕਿ ਉਹ ਅਗਲੇ ਮਹੀਨੇ ਇੰਡੀਆ ਵਾਪਸ ਚਲਾ ਜਾਏਗਾ ਸੋ ਉਸ ਪਰਿਵਾਰ ਨਾਲ ਆਪਣੀ ਜਾਣ ਪਛਾਣ ਬਾਰੇ ਲੋਕਾਂ ਨੂੰ ਦੱਸਣ ਵਾਸਤੇ ਜਾਣਨਾ ਚਾਹੁੰਦਾ ਸੀ ਕਿ ਉਸ स्त्री ਦਾ ਪਤੀ ਭਾਰਤ ਵਿੱਚ ਕੀ ਕੰਮ ਕਰਦਾ ਸੀ ਉੱਥੇ ਰਹਿੰਦੇ ਸਨ ਉਹ ਕਿੱਥੇ ਰਹਿੰਦੇ ਸਨ ਉਸ ਸੇ ਸਤਰੀ ਨੇ ਬੜੀ ਨੀਵੀਂ ਆਵਾਜ਼ ਚ ਕਿਹਾ ਉਹ ਉੱਥੇ ਵਾਇਸਰਾਏ ਸਨ ਅਸੀਂ ਦਿੱਲੀ ਰਹਿੰਦੇ ਸਾਂ ਅਗਲੀ ਕਹਾਣੀ ਪਿੰਡ ਦੀ ਇੱਕ ਲੜਕੀ ਦਾ ਆਪਣੇ ਪਿੰਡ ਦੇ ਇੱਕ ਲੜਕੇ ਨਾਲ ਪਿਆਰ ਹੋ ਗਿਆ ਤੇ ਉਹਨਾਂ ਦੇ ਸਰੀਰਕ ਸੰਬੰਧਾਂ ਨਾਲ ਲੜਕੀ ਗਰਭਵਤੀ ਹੋ ਗਈ ਉਹਨੇ ਇੱਕ ਲੜਕੇ ਨੂੰ ਜਨਮ ਦਿੱਤਾ ਘਰ ਵਾਲਿਆਂ ਨੇ ਉਹਨੂੰ ਘਰੋਂ ਕੱਢ ਦਿੱਤਾ ਉਹ ਪਿੰਡ ਚ ਇੱਕ ਡੇਰੀ ਕੋਲੇ ਇੱਕ ਖੇਤ ਚ ਰਹਿਣ ਲੱਗ ਡੇਰੇ ਦਾ ਇੱਕ ਸਾਧੂ ਉਸ ਬੱਚੇ ਲਈ ਦੁੱਧ ਤੇ ماں ਲਈ ਭੋਜਨ ਦੇ ਜਾਂਦਾ ਸੀ ਜਦੋਂ ਵਿਦੇਸ਼ ਗਿਆ ਪਿਤਾ ਵਾਪਸ ਮੁੜਿਆ ਤਾਂ ਉਹਨੇ ਧੀ ਨੂੰ ਪੁੱਛਿਆ ਕਿ ਬੱਚਾ ਕਿਦਾ ਸੀ ਆਪਣੇ ਪ੍ਰੇਮੀ ਨੂੰ ਬਚਾਉਣ ਦੇ ਉਦੇਸ਼ ਨਾਲ ਉਸ ਲੜਕੀ ਨੇ ਦੁੱਧ ਲੈ ਕੇ ਆਉਣ ਵਾਲੇ ਸਾਧੂ ਦਾ ਨਾਂ ਲੈ ਦਿੱਤਾ ਪਿੰਡ ਵਾਲਿਆਂ ਨੇ ਕੁੱਟ-ਕੁੱਟ ਕੇ ਸਾਧੂ ਅਦਮ ਹੋਇਆ ਕਰ ਦਿੱਤਾ ਪਰ ਉਹ ਬੱਚੇ ਲਈ ਫਿਰ ਵੀ ਦੁੱਧ ਪਹੁੰਚਾਉਂਦਾ ਰਿਹਾ ਪਿੰਡ ਵਾਲੇ ਉਹਨੂੰ ਬੱਚੇ ਦਾ ਪਿਤਾ ਦੱਸਦੇ ਤਾਂ ਇਨਕਾਰ ਨਹੀਂ ਸੀ ਕਰਦਾ ਕਿਹੜੇ ਮੱਥੇ અપਮਾਨ ਨੂੰ ਬਰਦਾਸ਼ਤ ਕਰਦਾ ਸੀ ਲੜਕੀ ਉਸ ਸਾਧੂ ਦੇ ਵਿਹਾਰ ਨੂੰ ਵੇਖ ਕੇ ਬੜੀ ਪਛਤਾਈ। ਉਹਨੇ ਮਾਪਿਆਂ ਨੂੰ ਦੱਸ ਦਿੱਤਾ ਕਿ ਬੱਚਾ ਸਾਧੂ ਦਾ ਨਹੀਂ ਸੀ। ਜਿਸ ਦਾ ਸੀ ਉਹਦਾ ਨਾਂ ਲੈ ਦਿੱਤਾ। ਪਿੰਡ ਵਾਲਿਆਂ ਨੇ ਡੇਰੇ ਜਾ ਕੇ ਸਾਧੂ ਤੋਂ ਮਾਫੀ ਮੰਗੀ ਤੇ ਪੁੱਛਿਆ ਕਿ ਜਦੋਂ ਉਹਨੂੰ ਕੁੱਟਿਆ ਜਾ ਰਿਹਾ ਸੀ ਤਾਂ ਉਸ ਵੇਲੇ ਉਹਨੇ ਕਿਉਂ ਨਹੀਂ ਸਿੱਖਿਆ ਵੀ ਬੱਚਾ ਉਹਦਾ ਨਹੀਂ ਸੀ। ਸਾਧੂ ਨੇ ਕਿਹਾ ਮੈਂ ਜਾਣਦਾ ਸੀ ਬੱਚਾ ਮੇਰਾ ਨਹੀਂ। ਬੱਚੇ ਦੀ ਮਾਂ ਜਾਣਦੀ ਸੀ ਕਿ ਬੱਚਾ ਮੇਰਾ ਨਹੀਂ। ਪਰਮਾਤਮਾ ਜਾਣਦਾ ਸੀ ਕਿ ਬੱਚਾ ਕਿਸ ਦਾ ਸੀ। ਮੇਰੀ ਆਤਮਾ ਸ਼ਾਂਤ ਸੀ ਸਟਾਂ ਸਰੀਰ ਤੇ ਲੱਗੀਆਂ ਹਨ ਆਤਮਾ ਸੁਰੱਖਿਅਤ ਸੀ ਮੈਂ ਸਾਧੂ ਹਾਂ ਮੈਂ ਸਾਧੂ ਵਾਲਾ ਹੀ ਵਿਹਾਰ ਕਰਨਾ ਸੀ ਅਗਲੀ ਘਟਨਾ 20 ਸਾਲ ਦਾ ਇੱਕ ਸੰਗੀਤ ਵਿਦਿਆਰਥੀ ਪ੍ਰਸਿੱਧ ਸੰਗੀਤ ਸ਼ਾਸਤਰੀ ਰਵੀ ਸ਼ੰਕਰ ਕੋਲ ਪੁੱਛਣ ਗਿਆ ਕਿ ਮੈਂ ਸਿਤਾਰ ਕਿਵੇਂ ਵਜਾਵਾਂ ਉਹਦੀ ਸੂਝ-ਬੂਝ ਨੂੰ ਵੇਖ ਕੇ ਰਵੀ ਸ਼ੰਕਰ ਨੇ ਕਿਹਾ ਸਿਤਾਰ ਸਿੱਖਣ ਤੋਂ ਪਹਿਲਾਂ ਤੁਸੀਂ ਹਾਰਮੋਨੀਅਮ ਵਜਾਉਣਾ ਸਿੱਖੋ ਰਵੀ ਸ਼ੰਕਰ ਦੀ ਗੱਲ ਸੁਣ ਕੇ ਸੰਗੀਤ ਵਿਦਿਆਰਥੀ ਨੇ ਕਿਹਾ ਪਰ ਤੁਸੀਂ ਤਾਂ 10 ਸਾਲ ਦੀ ਉਮਰ 'ਚ ਸਿਤਾਰ ਵਜਾਉਣ ਲੱਗ ਪਏ ਸੀ। ਰਵੀ ਸ਼ੰਕਰ ਨੇ ਕਿਹਾ ਹਾਂ ਮੈਂ 10 ਸਾਲ ਦੀ ਉਮਰ 'ਚ ਸਿਤਾਰ ਵਜਾਉਣ ਲੱਗ ਪਿਆ ਸੀ ਕਿਉਂਕਿ ਮੈਂ ਕਿਸੇ ਨੂੰ ਪੁੱਛਣ ਨਹੀਂ ਸੀ ਗਿਆ ਕਿ ਮੈਂ ਸਿਤਾਰ ਕਿਵੇਂ ਵਜਾਵਾਂ। ਅਗਲੀ ਘਟਨਾ ਵਿਸ਼ਵ ਪ੍ਰਸਿੱਧ ਰੂਸੀ ਨਾਵਲਕਾਰ ਦੋਸਤੋਵਸਕੀ ਨੂੰ ਜੂਆ ਖੇਡਣ ਦੀ ਆਦਤ ਸੀ ਤੇ ਉਹਨੂੰ ਮਿਰਗੀ ਦੇ ਦੌਰੇ ਪੈਂਦੇ ਸਨ। ਪਤਨੀ ਦੇ ਆਕਾਲ ਚਲਾਣੇ ਕਰਕੇ ਉਹਦਾ ਜੀਵਨ ਬੇਮੁਹਾਰ ਹੋ ਗਿਆ ਸੀ। ਇਕ ਵਰਿਓ ਨੇ ਇੱਕ ਨਾਵਲ ਲਿਖ ਕੇ ਦੇਣ ਦੇ ਵਾਅਦੇ ਨਾਲ ਆਪਣੇ ਪ੍ਰਕਾਸ਼ਕ ਤੋਂ ਪੇਸ਼ਗੀ ਪੈਸੇ ਲਏ ਤੇ ਨਾਵਲ ਨਾ ਲਿਖ ਦੇਣ ਦੀ ਸੂਰਤ ਵਿੱਚ ਦੋਸਤੋਂ ਵਜ਼ਕੀ ਦੇ ਪਹਿਲਾਂ ਲਿਖੇ ਸਾਰੇ ਨਾਵਲਾਂ ਦੀ ਮਾਲਕੀ ਪ੍ਰਕਾਸ਼ਕ ਦੀ ਹੋ ਜਾਣੀ ਸੀ ਪੇਸ਼ਗੀ ਲਏ ਪੈਸਿਆਂ ਨੂੰ ਦੋਸਤੋਂ ਵਜ਼ਕੀ ਜੂਏ 'ਚ ਹਾਰ ਗਿਆ ਸੀ ਨਾਵਲ ਲਿਖ ਕੇ ਦੇਣ ਦਾ ਸਮਾਂ ਨੇੜੇ ਆ ਰਿਹਾ ਸੀ ਪਰ ਨਾਵਲ ਲਿਖਣਾ ਤਾਂ ਜੇ ਆਰੰਭ ਵੀ ਨਹੀਂ ਸੀ ਹੋਇਆ ਦੋਸਤੋਂ ਵਜ਼ਕੀ ਨੂੰ ਨਹੀਂ ਉਹਦੇ ਦੋਸਤਾਂ ਨੂੰ ਚਿੰਤਾ ਸੀ ਇੱਕ ਵਾਰੀ ਜਦੋਂ ਦੋਸਤ ਜੁੜ ਬੈਠੇ ਤੇ ਉਹਨਾਂ ਨੇ ਸੁਝਾਅ ਦਿੱਤਾ ਕਿ ਦੋਸਤੋ ਵਸਕੀ ਨਾਵਲ ਦੀ ਤਜ਼ਵੀਜ਼ ਦਸੇ ਤੇ ਉਹ ਸਾਰੇ ਨਾਵਲ ਦਾ ਇੱਕ ਇੱਕ ਕਾંડ ਲਿਖ ਦੇਣਗੇ ਪਰ ਦੋਸਤੋ ਵਸਕੀ ਨੇ ਸੁਝਾਅ ਉੱਪਰ ਮਾਨ ਨਾ ਕੀਤਾ ਫਿਰ ਇਹ ਫੈਸਲਾ ਕੀਤਾ ਗਿਆ ਕਿ ਨੇੜੇ ਦੇ ਸ਼ਾਰਟਹੈਂਡ ਸਿਖਲਾਈ ਸਕੂਲ ਦੀ ਇੱਕ ਵਿਦਿਆਰਥਣ ਆਇਆ ਕਰੇਗੀ ਦੋਸਤੋ ਵਸਕੀ ਬੋਲ ਕੇ ਨਾਵਲ ਲਿਖਵਾਇਆ ਕਰੇਗਾ ਜਿਹਨੂੰ ਅਗਲੇ ਦਿਨ ਲੌਂਗ ਹੈਂਡ ਵਿੱਚ ਲਿਖ ਕੇ ਲੈ ਆਏਗੀ ਦੋਸਤੋ ਵਸਕੀ ਦੀ ਉਸ ਹੋਂਰ ਹਰ ਲੜਕੀ ਚ ਦਿਲਚਸਪੀ ਜਾਗ ਪਈ ਇੱਕ ਦਿਨ ਦੋਸਤ ਉਸਕੀ ਨੇ ਕੁਝ ਕੁਝ ਨਾ ਲਿਖਾਇਆ ਤੇ ਉਸ ਲੜਕੀ ਨੂੰ ਕਿਹਾ ਮੇਰੇ ਤੋਂ ਇੱਕ ਸਮੱਸਿਆ ਹੱਲ ਨਹੀਂ ਹੋ ਰਹੀ ਤੇਰੀ ਮਦਦ ਚਾਹੀਦੀ ਹੈ ਦੋਸਤ ਉਸਕੀ ਨੇ ਪੁੱਛਿਆ ਮੇਰਾ ਨਾਇਕ 45 ਸਾਲਾਂ ਦਾ ਹੈ ਤਪਦਿਕ ਦਾ ਮਰੀਜ਼ ਹੈ ਪਰ ਉਹ ਇੱਕ ਪ੍ਰਸਿੱਧ ਕਵੀ ਹੈ ਤੇ ਉਹਦਾ 20 21 ਸਾਲਾਂ ਦੀ ਚਿੱਤਰਕਲਾ ਦੀ ਇੱਕ ਵਿਦਿਆਰਥਣ ਨਾਲ ਪਿਆਰ ਹੈ ਪਰ ਉਹਨੂੰ ਸੁੱਝ ਨਹੀਂ ਰਿਹਾ ਕਿ ਉਹ ਲੜਕੀ ਸਾਹਮਣੇ ਆਪਣੇ ਪਿਆਰ ਦਾ ਪ੍ਰਗਟਾਵਾ ਕਿਵੇਂ ਕਰੇ ਮੈਂ ਤੇਰੇ ਤੋਂ ਜਾਨਣਾ ਚਾਹੁੰਦਾ ਹਾਂ ਮੇਰੇ ਨਾਇਕ ਨੂੰ ਕੀ ਕਰਨਾ ਚਾਹੀਦਾ ਹੈ ਲੜਕੀ ਨੇ ਸੋਚ ਕੇ ਕਿ ਉਹ ਪ੍ਰਸਿੱਧ ਕਵੀ ਹੈ ਉਹਨੂੰ ਬੇਝਿਜਕ ਹੋ ਕੇ ਆਪਣਾ ਪਿਆਰ ਪ੍ਰਗਟਾਉਣਾ ਚਾਹੀਦਾ ਹੈ ਦੋਸਤ ਉਸਕੀ ਨੇ ਪੁੱਛਿਆ ਜੇ ਉਹ ਪੁਰਸ਼ ਮੇਰੇ ਵਰਗਾ ਹੋਵੇ ਤਾਂ ਕੀ ਉਹ ਲੜਕੀ ਉਹਦੇ ਪਿਆਰ ਨੂੰ ਪ੍ਰਵਾਨ ਕਰ ਲੇਗੀ ਲੜਕੀ ਨੇ ਕਿਹਾ ਪ੍ਰਵਾਨ ਕਰ ਲੈਣਾ ਚਾਹੀਦਾ ਮੇਰੇ ਵਿਚਾਰ ਤੋਂ ਪ੍ਰਵਾਨ ਕਰ ਲਏਗੀ ਦੋਸਤ ਉਸਕੀ ਨੇ ਫੇਰ ਕਿਹਾ ਜੇ ਉਹ ਪੁਰਸ਼ ਮੈਂ ਹੋਵਾਂ ਤੇ ਉਹ ਲੜਕੀ ਤੂੰ ਹੋਵੇਂਗੀ ਤੂੰ ਮੇਰਾ ਪਿਆਰ ਪ੍ਰਵਾਨ ਕਰ ਲਵੇਂਗੀ ਲੜਕੀ ਨੇ ਕਿਹਾ ਹਾਂ ਪਰ ਜਦੋਂ ਉਹਨੇ ਹੈਰਾਨ ਹੋ ਕੇ ਪੁੱਛਿਆ ਤੁਸੀਂ ਇਹ ਗੱਲ ਮੈਨੂੰ ਇੰਨੇ ਮੋੜ ਘੇੜ પા ਕੇ ਕਿਉਂ ਪੁੱਛੀ ਹੈ ਦੋਸਤ ਉਸਕੀ ਨੇ ਦੱਸਿਆ ਕਿ ਉਸ ਵਿੱਚ ਉਹਦੇ ਮੂੰਹੋਂ ਨਾ ਸੁਣਨ ਦੀ ਹਿੰਮਤ ਨਹੀਂ ਸੀ ਕੁਝ ਦਿਨਾਂ ਉੱਚੀ ਦੋਸਤ ਉਸਕੀ ਦਾ ਨਾਵਲ ਮੁਕੰਮਲ ਹੋ ਗਿਆ ਮਗਰੋਂ ਉਸ ਲੜਕੀ ਨੇ ਦੋਸਤ ਉਸਕੀ ਨਾਲ ਵਿਆਹ ਕਰਵਾਇਆ ਤੇ ਉਹਨੇ ਨਾਵਲਕਾਰ ਦਾ ਬੇਮੁਹਾਰ ਜੀਵਨ ਨੇਮਬੱਧ ਕੀਤਾ ਦੋਸਤ ਉਸਕੀ ਦੇ ਅਗਲੇ ਰੇਸ਼ਾਕਾਰ ਨਾਵਲਾਂ 'ਚੋ ਮਦਦਗਾਰ ਬਣੀ ਜਦੋਂ ਕਦੇ ਦੋਸਤ ਉਸकी ਉਦਾਸ ਹੁੰਦਾ ਤਾਂ ਉਹ ਉਹਦੇ ਨਾਵਲਾਂ ਦੀ ਆਮਦਨ ਵਿੱਚੋਂ ਕੁਝ ਪੈਸੇ ਦੇ ਕੇ ਕਹਾਂਦੀ ਸੀ ਜਾਓ ਜੂਆ ਖੇਡ ਕੇ ਪ੍ਰਸੰਨ ਹੋ ਲਵੋ ਤੁਹਾਨੂੰ